ਸੰਨ 1748 ਅਹਿਮਦ ਸ਼ਾਹ ਅਬਦਾਲੀ ਨੇ ਪਹਿਲੀ ਵਾਰ ਪੰਜਾਬ ਉੱਤੇ ਹਮਲਾ ਕੀਤਾ ਤੇ 4 ਸਾਲਾਂ ਬਾਅਦ 1752 ਵਿੱਚ ਪੰਜਾਬ ਅਤੇ ਮੁਲਤਾਨ ਦੇ ਸੂਬੇ ਮੁਗਲ ਬਾਦਸ਼ਾਹਾਂ ਤੋਂ ਲੈ ਲਏ। ਮੀਰ ਮੰਨੂ ਨੇ ਬੜਾ ਯਤਨ ਕੀਤਾ ਕਿ ਸਿੰਘਾਂ ਨੂੰ ਦਬਾ ਕੇ ਰੱਖਿਆ ਜਾ ਸਕੇ, ਪਰ ਉਹ ਸਫਲ ਨਾ ਹੋ ਸਕਿਆ। ਮੀਰ ਮੰਨੂ ਦੇ ਮਰਨ ਪਿੱਛੋਂ ਸਿੰਘਾਂ ਨੇ ਥਾਂ ਥਾਂ ਤੇ ਹਮਲੇ ਕਰਕੇ ਇਲਾਕੇ ਮਲਣੇ ਸ਼ੁਰੂ ਕਰ ਦਿੱਤੇ। ਸੰਨ 1757 ਅਹਿਮਦ ਸ਼ਾਹ ਨੇ ਆਪਣੇ ਬੇਟੇ ਤੈਮੂਰ ਸ਼ਾਹ ਨੂੰ ਲਾਹੌਰ ਤੇ ਮੁਲਤਾਨ ਦਾ ਸੂਬੇਦਾਰ ਬਣਾ ਦਿੱਤਾ, ਪਰ ਉਹ ਸਿੰਘਾਂ ਨੂੰ ਰੋਕ ਨਾ ਸਕਿਆ। ਅਦੀਨਾ ਬੇ ਖਾਂ ਨੇ ਅਫਗਾਨਾਂ ਨਾਲ ਨਾਰਾਜ਼ ਹੋ ਕੇ ਮਰਹੱਟਿਆਂ ਨੂੰ ਪੰਜਾਬ ਸੱਦ ਲਿਆ ਤੇ ਮਰਹੱਟਿਆਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ। ਮਰਹੱਟਿਆਂ ਨੇ ਅਦੀਨਾ ਬੇ ਖਾਂ ਨੂੰ ਸੂਬੇਦਾਰ ਬਣਾ ਦਿੱਤਾ ਤੇ ਅਦੀਨਾ ਬੇਗ ਨੇ ਸਿੰਘਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ, ਪਰ ਅਦੀਨਾ ਬੇਗ ਛੇਤੀ ਹੀ ਮਰ ਗਿਆ। ਉਧਰੋਂ ਅਹਿਮਦ ਸ਼ਾਹ ਅਬਦਾਲੀ ਫਿਰ ਪੰਜਾਬ ਆ ਧਮਕਿਆ, ਮਰਹੱਟੇ ਅੱਗੇ ਅੱਗੇ, ਅਬਦਾਲੀ ਪਿੱਛੇ ਪਿੱਛੇ। ਉਹ ਦਿੱਲੀ ਤੱਕ ਪਹੁੰਚ ਗਏ। ਜਨਵਰੀ 1761 ਅਹਿਮਦ ਸ਼ਾਹ ਅਬਦਾਲੀ ਨੇ ਪਾਣੀਪਤ ਦੀ ਲੜਾਈ ਵਿੱਚ ਮਰਹੱਟਿਆਂ ਨੂੰ ਭਾਰੀ ਹਾਰ ਦਿੱਤੀ ਤੇ ਫਿਰ 10 ਸਾਲ ਮਰਹੱਟਿਆਂ ਨੇ ਦਿੱਲੀ ਵੱਲ ਮੂੰਹ ਨਾ ਕੀਤਾ। ਜਦੋਂ ਅਹਿਮਦ ਸ਼ਾਹ ਦਿੱਲੀਓਂ ਪਰਤ ਕੇ ਕਾਬੁਲ ਜਾ ਰਿਹਾ ਸੀ ਤਾਂ ਉਹ ਆਪਣੇ ਨਾਲ ਬਹੁਤ ਸਾਰੀਆਂ ਇਸਤਰੀਆਂ ਤੇ ਨੌਜਵਾਨਾਂ ਨੂੰ ਬੰਦੀ ਬਣਾ ਕੇ ਲਿਜਾ ਰਿਹਾ ਸੀ। ਜਦੋਂ ਇਹ ਗੱਲ ਸਿੰਘਾਂ ਨੂੰ ਪਤਾ ਚੱਲ ਗਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਅੱਜ ਸਾਡੇ ਵਤਨ ਦੀ ਇੱਜ਼ਤ ਨੂੰ ਪੈਰਾਂ ਵਿੱਚ ਰੋਲ ਕੇ ਸਾਡੀਆਂ ਤੀਆਂ ਪੈਣਾਂ ਤੇ ਮਾਸੂਮ ਲੋਕਾਂ ਨੂੰ ਗੁਲਾਮ ਬਣਾ ਕੇ ਅਹਿਮਦ ਸ਼ਾਹ ਆਪਣੇ ਨਾਲ ਕਾਬੁਲ ਲਿਜਾ ਰਿਹਾ ਹੈ, ਪਰ ਸ਼ਾਇਦ ਉਹ ਭੁੱਲ ਗਿਆ ਕਿ ਖਾਲਸਾ ਕਦੇ ਵੀ ਇਹ ਜ਼ੁਲਮ ਬਰਦਾਸ਼ਤ ਨਹੀਂ ਕਰੇਗਾ। ਖਾਲਸਾ ਕਦੇ ਵੀ ਆਪਣੇ ਦੇਸ਼ ਦੀ ਇੱਜ਼ਤ ਨੂੰ ਖਵਾਰ ਨਹੀਂ ਹੋਣ ਦੇਵੇਗਾ। ਖਾਲਸੇ ਨੂੰ ਗੁਰੂ ਸਾਹਿਬ ਦਾ ਹੁਕਮ ਹੈ ਕਿ ਮਨੁੱਖਤਾ ਦੀ ਸੇਵਾ ਤੇ ਰੱਖਿਆ ਕਰੇ, ਤੇ ਖਾਲਸਾ ਗੁਰੂ ਸਾਹਿਬ ਦੇ ਬਚਨਾਂ ਤੇ ਕੁਰਬਾਨ ਹੋਣ ਲਈ ਹਮੇਸ਼ਾ ਤਿਆਰ ਬਰ ਤਿਆਰ ਹੈ। ਤੁਸੀਂ ਸਹੀ ਆਖਦੇ ਹੋ ਸਿੰਘ ਸਾਹਿਬ, ਇਹਨਾਂ ਗਿਲਜੀਆਂ ਦਾ ਖਾਤਮਾ ਕਰਨ ਲਈ ਖਾਲਸਾ ਤਿਆਰ ਬਰ ਤਿਆਰ ਹੈ। ਖਾਲਸਾ ਜੀ, ਅਸੀਂ ਗਿਣਤੀ ਵਿੱਚ ਘੱਟ ਹਾਂ, ਪਰ ਸਾਡਾ ਜਜ਼ਬਾ ਪਹਾੜਾਂ ਵਰਗਾ ਹੈ। ਖਾਲਸੇ ਉੱਤੇ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਖਾਲਸਾ ਅਕਾਲ ਪੁਰਖ ਦੀ ਫੌਜ ਹੈ। ਸਿੰਘ ਸਾਹਿਬ, ਹੁਣ ਸਾਨੂੰ ਕੀ ਤਰਤੀਬ ਬਣਾਉਣੀ ਚਾਹੀਦੀ ਹੈ? ਅਸੀਂ ਅਹਿਮਦ ਸ਼ਾਹ ਉੱਤੇ ਸਿੱਧਾ ਹਮਲਾ ਨਹੀਂ ਕਰਾਂਗੇ। ਖਾਲਸਾ ਪੰਜ ਜਥਿਆਂ ਵਿੱਚ ਅਲੱਗ ਅਲੱਗ ਪਾਸਿਓਂ ਹਮਲਾ ਕਰੇਗਾ ਤਾਂ ਜੋ ਦੁਸ਼ਮਣ ਦੇ ਖੇਮੇ ਵਿੱਚ ਹਲਚਲ ਮੱਚ ਜਾਏ, ਤਾਂ ਜੋ ਦੁਸ਼ਮਣ ਨੂੰ ਸੰਭਲਣ ਦਾ ਮੌਕਾ ਨਾ ਮਿਲੇ। ਸਿੰਘ ਅਬਦਾਲੀ ਦੇ ਲਸ਼ਕਰ ਤੇ ਅਚਾਨਕ ਹਮਲਾ ਕਰ ਦਿੰਦੇ ਨੇ ਤੇ ਬੰਦੀ ਬਣਾਈਆਂ ਇਸਤਰੀਆਂ ਤੇ ਗੁਲਾਮ ਬਣਾਏ ਨੌਜਵਾਨਾਂ ਨੂੰ ਛੁਡਾ ਲੈਂਦੇ ਨੇ। ਜਦੋਂ ਇਹ ਖਬਰ ਅਹਿਮਦ ਸ਼ਾਹ ਅਬਦਾਲੀ ਨੂੰ ਮਿਲਦੀ ਹੈ, इन सिखों के हौसले दिन ब दिन बढ़ते जा रहे हैं। हो सकता है कि कल ये हमारी सल्तनत के लिए नासूर बन जाएं।
इनका खात्मा करना होगा, इनका खात्मा करना ही होगा, लेकिन इस बार नहीं, अगली बार निपटूंगा इन सिखड़ों से, अगली बार निपटूंगा। सन 1761 दिवाली ते सिंघां दा अमृतसर विच भारी इकट्ठ हुंदा है। इस वेले तक सिंघां दा रिवाज सी कि हर दिवाली ते विसाखी दे मौके ते अमृतसर पहुंचना, सरोवर विच इशनान करना, शब्द कीर्तन सुनना, अकाल तख्त साहिब विच दीवान लगाउणा, जिस विच हर अहम मसले ते विचार करना। हुण सिंघां ने फैसला कीता कि जो लोग हिंदुस्तानी होके देश दे गद्दारां दी सहायता करते ने उन्हां नूं सोध्या जावे। इस लिस्ट विच आकिल दास निरंजनीए दा नाम सब तों उपर सी, जो जंडियाले दा वसनीक सी। सिंघां दे बार बार समझाउण ते भी ओह बाज नहीं सी आ रहा, इस लई सिंघ उस नूं सबक सिखाउणा चाहुंदे सी। जदों इह खबर आकिल दास नूं मिलदी है तां ओह डरदे मारे अपना दूत भेज के अब्दाली कोलों सहायता मंगदा है, पर अब्दाली तां पहलां ही काबल तों पंजाब वल चल चुकिया सी ते इस वार उसदा इरादा सिंघां नूं जड़ तों खत्म कर देण वाला बणिया होया सी। ਸਿੰਘਾਂ ਦਾ ਜੰਡਿਆਲੇ ਨੂੰ ਘੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਅਹਿਮਦ ਸ਼ਾਹ ਆਪਣੀ ਫੌਜਾਂ ਦੇ ਨਾਲ ਕਾਬਲ ਤੋਂ ਕੂਚ ਕਰਕੇ ਲਾਹੌਰ ਪਹੁੰਚਣ ਹੀ ਵਾਲਾ ਹੈ। ਖਾਲਸਾ ਜੀ, ਜਿਵੇਂ ਕਿ ਤੁਸੀਂ ਜਾਣ ਹੀ ਚੁੱਕੇ ਹੋ ਕਿ ਅਹਿਮਦ ਸ਼ਾਹ ਆਪਣੀਆਂ ਫੌਜਾਂ ਲੈ ਕੇ ਸਾਡੇ ਵੱਲ ਨੂੰ ਵੱਧ ਰਿਹਾ। ਸਾਡੀ ਫੌਜਾਂ ਦੀ ਗਿਣਤੀ ਅਹਿਮਦ ਸ਼ਾਹ ਦੀ ਫੌਜਾਂ ਦੀ ਗਿਣਤੀ ਦੇ ਮੁਕਾਬਲੇ ਘੱਟ ਹੈ। ਇਸ ਵਕਤ ਸਾਡੇ ਪਰਿਵਾਰ ਸਾਡੇ ਨਾਲ ਨੇ। ਇਹਨਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਾਨੂੰ ਜੰਡਿਆਲਾ ਛੱਡ ਕੇ ਮਾਲਵੇ ਵੱਲ ਨੂੰ ਕੂਚ ਕਰ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਪਰਿਵਾਰ ਸੁਰੱਖਿਅਤ ਰਹਿ ਸਕਣ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਸਿੰਘ ਸਾਹਿਬ। ਅਹਿਮਦ ਸ਼ਾਹ ਅਬਦਾਲੀ ਸਿੰਘਾਂ ਦੀ ਵਧੀ ਹੋਈ ਤਾਕਤ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਹ ਪੰਜਾਬ ਉੱਤੇ ਆਪਣਾ ਕਬਜ਼ਾ ਬਰਕਰਾਰ ਰੱਖਣਾ ਚਾਹੁੰਦਾ ਹੈ। ਇਸ ਵਾਰ ਉਸਦੇ ਇਰਾਦੇ ਵੀ ਕੁਝ ਨੇਕ ਨਹੀਂ ਜਾਪਦੇ। ਖਾਲਸਾ ਜੀ, ਸਾਨੂੰ ਦੁਸ਼ਮਣ ਨਾਲ ਮੁਕਾਬਲਾ ਕਰਨ ਲਈ ਤਿਆਰ ਰਹਿਣਾ ਚਾਹੀਦਾ। ਤੁਸੀਂ ਸਹੀ ਆਖਿਆ ਖਾਲਸਾ ਜੀ, ਹੁਣ ਇਸ ਵਕਤ ਸਾਨੂੰ ਕੂਚ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੰਡਿਆਲੇ ਤੋਂ ਕੂਚ ਕਰਕੇ ਖਾਲਸਾ ਮਲੇਰ ਕੋਟਲੇ ਕੋਲ ਆ ਰੁਕਦਾ ਹੈ। ਇਹ ਸੋਚ ਕੇ ਕਿ ਅਬਦਾਲੀ ਨੂੰ ਪੰਜਾਬ ਆਉਣ ਵਿੱਚ 4 ਤੋਂ 5 ਦਿਨ ਲੱਗ ਜਾਣਗੇ, ਪਰ ਅਬਦਾਲੀ ਤਾਂ 4-5 ਦਿਨਾਂ ਦਾ ਸਫ਼ਰ ਮਹਿਜ਼ 2 ਦਿਨਾਂ ਵਿੱਚ ਹੀ ਤੈਅ ਕਰ ਚੁੱਕਾ ਸੀ। ਅੰਮ੍ਰਿਤਸਰ ਤੋਂ ਸਿੰਘਾਂ ਦੇ ਕੂਚ ਦੀ ਖ਼ਬਰ ਜਦੋਂ ਅਬਦਾਲੀ ਨੂੰ ਮਿਲਦੀ ਹੈ।
जल्द से जल्द मलेरकोटला और सरहंद के फौजदारों के पास ये पैगाम भेज दिया जाए कि वो अपने लश्कर के साथ सिखड़ों को आगे बढ़ने से रोक दें, ताकि हमें वहां पहुंचने का वक्त मिल जाए। इसके बाद सिखड़ों का नेस्ता नाबूद होना यकीनन होगा, यकीनन। मलेर कोटला ते सरहंद दी फौज सिंगां उत्ते हमला कर कुछ देर लड़ाई तो बाद वापस हो जाती है। सूरज थोड़ा ऊपर आता है। अचानक एक बहुत बड़ा लश्कर सिंगा नू नजर आता है। हुण सारी गल खालसे की समझ में आ जाती है। सिंह चारे पासियां तो घिर चुके सन। एक पासे सरहंद ते मलेर कोटली दी फौज ते बाकी पासे अहमद शाह अब्दाली दी फौज। खालसा जी, यह अहमद शाह दा लश्कर है। यह हमला सानू सिर्फ इत्थे रोक के रखण वास्ते कीता गया सी। यह सौखी कड़ी विच सानू बड़ी समझ ते दलेरी नाल काम लेना पवेगा। सिंह साहब, तुहाडा की मशवरा है? चढ़त सिंह जी, थोड़ा की मशवरा है? जथेदार जी, दुश्मन की फौज की गिनती साढ़े नालों कितने वध है, तो इस वेले सानू कितों सहायता भी नहीं मिल सकती। सानू यह लड़ाई अपने सफर वल चलते चलते लड़नी पवेगी, ता जो दुश्मन की फौज तो दूर जाया जा सके। जब आपकी और निधान बने अत हीरन में तब जूझ मरो। खालसा जी, हुण समा आ गया वैरी नाल लड़न दा ते शहीदियां पाउण दा। ਉਹ ਤਾਂ ਠੀਕ ਹੈ, ਪਰ ਇਸ ਵਕਤ ਸਾਡੇ ਪਰਿਵਾਰ ਸਾਡੇ ਨਾਲ ਨੇ ਤੇ ਉਹਨਾਂ ਦੀ ਸੁਰੱਖਿਆ ਕਰਨਾ ਸਾਡਾ ਪਹਿਲਾ ਕਦਮ ਹੋਣਾ ਚਾਹੀਦਾ ਹੈ। ਤੁਹਾਡੀ ਤਜਵੀਜ਼ ਕੀ ਹੈ ਜਥੇਦਾਰ ਜੀ? ਸਭ ਤੋਂ ਪਹਿਲਾਂ ਸਾਨੂੰ ਇੱਕ ਸੁਰੱਖਿਆ ਚੱਕਰ ਬਣਾਉਣਾ ਪਵੇਗਾ ਜੋ ਇੱਕ ਘੇਰੇ ਦੇ ਰੂਪ ਵਿੱਚ ਹੋਵੇਗਾ, ਜਿਸ ਦੇ ਐਨ ਵਿਚਕਾਰ ਬੱਚੇ, ਬਜ਼ੁਰਗ ਤੇ ਬੀਬੀਆਂ ਹੋਣਗੀਆਂ। ਉਸ ਤੋਂ ਉੱਪਰ ਨੌਜਵਾਨ ਤੇ ਤਜਰਬੇਕਾਰ ਲੜਾਕੇ ਸਿੰਘ ਹੋਣਗੇ ਜੋ ਇਹ ਸੁਰੱਖਿਆ ਚੱਕਰ ਬਣਾਈ ਰੱਖਣਗੇ। ਤੇ ਸਾਰੇ ਜਥੇਦਾਰਾਂ ਨੂੰ ਬੇਨਤੀ ਹੈ, ਉਹ ਆਪੋ ਆਪਣੇ ਜਥਿਆਂ ਦੇ ਨਾਲ ਇਸ ਸੁਰੱਖਿਆ ਚੱਕਰ ਦੀ ਨਿਗਰਾਨੀ ਕਰਨ ਤੇ ਬਰਨਾਲੇ ਵੱਲ ਨੂੰ ਚੱਲਦੇ ਰਹਿਣ। ਸਿੰਘ ਹੁਣ ਸੁਰੱਖਿਆ ਘੇਰਾ ਬਣਾਉਂਦੇ ਨੇ ਤਾਂ ਜੋ ਆਪਣੇ ਪਰਿਵਾਰਾਂ ਦੀ ਸੁਰੱਖਿਆ ਕਰ ਸਕਣ। बहुत खूब, अल्लाह के फजल से दुश्मन का पूरा कुनबा एक ही वार में हमारी पकड़ में आ गया। वक्त जाया ना किया जाए, यलगार हो। Thank you.
ਜਾਓ ਜੀ। ਅਕਾਲ ਪੁਰਖ ਸਾਡੇ ਅੰਗ ਸੰਗ ਹੈ, ਸਾਨੂੰ ਇਹਨਾਂ ਗਿਲਜੀਆਂ ਤੋਂ ਡਰਨ ਦੀ ਕੋਈ ਲੋੜ ਨਹੀਂ। ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਤੇ ਰਹੇਗਾ। ਅਸੀਂ ਦੁਸ਼ਮਣ ਦਾ ਮੂੰਹ ਤੋੜ ਜਵਾਬ ਦੇਵਾਂਗੇ ਤੇ ਨਾਲ ਦੀ ਨਾਲ ਆਪਣਾ ਸਫ਼ਰ ਵੀ ਜਾਰੀ ਰੱਖਾਂਗੇ। ਸਿੰਘਾਂ ਤੇ ਹਮਲਾ ਕਰ ਖਾਲਸਾ ਘੱਟ ਗਿਣਤੀ ਹੋਣ ਦੇ ਬਾਵਜੂਦ ਬੜੀ ਬਹਾਦਰੀ ਨਾਲ ਲੜਦਾ ਹੈ। ਜਹਾਨ ਖਾਨ, ਹਮਲਾ ਜ਼ੋਰਦਾਰ ਹੋ, ਫਤਿਹ ਹਮਾਰੀ ਹੈ ਔਰ ਹਮ ਮੰਜ਼ਿਲ ਕੇ ਕਰੀਬ ਹੈ। ਹਮਲਾ ਹੋ! ਘੇਰਾ ਤੋੜ ਕੇ ਅੰਦਰ ਦਾਖਲ ਹੋ ਜਾਂਦਾ, ਕਤਲੇ ਆਮ ਸ਼ੁਰੂ ਹੋ ਜਾਂਦਾ। ਵਹੀਰ ਆਪਣਾ ਆਪ ਸੰਭਾਲਦੇ ਅੱਗੇ ਵੱਧ ਰਹੀ ਹੈ। ਦੁਸ਼ਮਣ ਦੀ ਫੌਜ ਵੀ ਪਿਆਸੀ ਹੋਈ ਕਿਉਂਕਿ ਇਹ ਜੰਗ ਬਿਨਾਂ ਰੁਕੇ ਦ
ਲਗਾਤਾਰ ਚਲਦੀ ਆ ਰਹੀ ਹੈ। ਖਾਲਸਾ ਫੌਜ ਦੀ ਥਕਾਵਟ ਤੇ ਪਿਆਸ ਨਾਲ ਆਪਣੀ ਆਪਣੀ ਪਿਆਸ ਬੁਝਾਉਂਦੀਆਂ ਨੇ। ਹੁਣ ਅਹਿਮਦ ਸ਼ਾਹ ਅਬਦਾਲੀ ਵੀ ਸਿੱਖਾਂ ਦਾ ਪਿੱਛਾ ਕਰ ਕਰਕੇ ਥੱਕ ਚੁੱਕਿਆ ਸੀ। ਫਤਿਹ ਕਾ ਨਕਾਰਾ ਬਜਾ ਦਿਆ ਜਾਏ, ਸਾਰੇ ਦੁਸ਼ਮਨ ਮਾਰੇ ਜਾ ਚੁੱਕੇ ਹੈ। ਤੇ ਅਖੀਰ ਇਹ ਲੜਾਈ ਪਿੰਡ ਕੁਤਬਾ ਬਾਹਮਣੀਆਂ ਕੋਲ ਖਤਮ ਹੁੰਦੀ। ਅਹਿਮਦ ਸ਼ਾਹ ਅਬਦਾਲੀ ਦੀ ਖੁਸ਼ੀ ਬਹੁਤ ਦੇਰ ਰਹਿ ਨਾ ਸਕੀ। ਸੰਨ 1762 ਵਿੱਚ ਦੀਵਾਲੀ ਦੇ ਮੌਕੇ ਸਿੰਘਾਂ ਨੇ ਅਬਦਾਲੀ ਨਾਲ ਅੰਮ੍ਰਿਤਸਰ ਦੇ ਇਲਾਕੇ ਵਿੱਚ ਲੜਾਈ ਲੜੀ ਤੇ ਅਬਦਾਲੀ ਨੂੰ ਰਾਤ ਦੇ ਹਨੇਰੇ ਦੀ ਓਟ ਲੈ ਕੇ ਲਾਹੌਰ ਮੁੜਨਾ ਪਿਆ। ਉਸ ਦੇ ਕਾਬਲ ਪਰਤਣ ਤੋਂ ਪਿੱਛੋਂ ਸਿੰਘਾਂ ਨੇ ਅਫਗਾਨ ਹਾਕਮਾਂ ਨੂੰ ਪੰਜਾਬ ਦੇ ਬਹੁਤੇ ਥਾਵਾਂ ਵਿੱਚੋਂ ਕੱਟ ਦਿੱਤਾ। ਸਾਲ ਡੇਢ ਸਾਲ ਬਾਅਦ ਅਹਿਮਦ ਸ਼ਾਹ ਅਬਦਾਲੀ ਨੂੰ ਚਨਾਹ ਦੇ ਉਰਲੇ ਕੰਢੇ ਤੇ ਇੱਕ ਕਮਾਸਾਨ ਲੜਾਈ ਵਿੱਚ ਹਾਰ ਦਿੱਤੀ। ਸੰਨ 1764 ਵਿੱਚ ਅਬਦਾਲੀ ਆਪਣੀਆਂ ਫੌਜਾਂ ਲੈ ਕੇ ਇੱਕ ਵਾਰ ਫਿਰ ਪੰਜਾਬ ਆਉਂਦਾ ਹੈ, ਪਰ ਸਿੰਘਾਂ ਦੇ ਡਰ ਤੋਂ ਦਿਨ ਵਿੱਚ ਹੀ 2-4 ਗੋਹਾਂ ਤੋਂ ਵੱਧ ਨਾ ਚੱਲ ਸਕਿਆ। ਆਖਿਰ ਉਹ ਪੰਜਾਬ ਛੱਡ ਕੇ ਚਲਾ ਗਿਆ ਤੇ ਸੰਨ 1765 ਦੀ ਵਿਸਾਖੀ ਤੋਂ ਪਿੱਛੋਂ ਸਿੰਘਾਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਤੇ ਉੱਥੋਂ ਆਪਣਾ ਸਿੱਕਾ ਜਾਰੀ ਕਰਕੇ ਬਾਕੀ ਦੁਨੀਆਂ ਨੂੰ ਇਹ ਦੱਸ ਦਿੱਤਾ ਰਾਜ ਪੰਜਾਬ ਵਿੱਚ ਕਾਇਮ ਹੋ ਚੁੱਕਾ। ਇਸ ਤਰ੍ਹਾਂ ਆਜ਼ਾਦੀ ਦਾ ਇਹ ਸੰਘਰਸ਼ ਸਿਰੇ ਚੜਿਆ।